ਤੇ ਉਸ ਤੋਂ ਮੇਰਾ ਵਜ਼ਨ ਬਹੁਤ ਜ਼ਿਆਦਾ ਸੀਗਾ। ਅਸੀਂ ਆਣ ਕੇ ਆਪਰੇਟ ਕਰਾਇਆ, ਬਹੁਤ ਵਧੀਆ ਸਾਡਾ ਆਪਰੇਟ ਹੋਇਆ। ਕੋਈ ਮੈਨੂੰ ਖਾਣ ਪੀਣ ਦੇ ਵਿੱਚ ਕੋਈ ਦਿੱਕਤ ਨਹੀਂ ਆਉਂਦੀ ਹੁਣ। ਇੱਕ ਬਠਿੰਡਾ ਤੋਂ ਭੈਣ ਨੇ ਕਰਵਾਇਆ, ਉਹ ਵੀ ਵਧੀਆ ਠੀਕ ਹੈ। ਇੱਕ ਮੁਕਤਸਰ ਤੋਂ ਕਰਵਾ ਕੇ ਲੈ ਕੇ ਗਏ। ਹਾਂਜੀ, ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਦੋਸਤੋ, ਮੇਰਾ ਵਜ਼ਨ ਬਹੁਤ ਜ਼ਿਆਦਾ ਸੀਗਾ ਅਤੇ ਮੈਂ ਮੁਕਤਸਰ ਜ਼ਿਲ੍ਹੇ ਤੋਂ ਹੈਗੇ ਹਾਂ, ਪਿੰਡ ਫੱਤਰਾਂ ਵਾਲੇ ਤੋਂ। ਨਾਮ ਮੇਰਾ ਸੁਖਦੀਪ ਕੌਰ। ਮੈਂ ਆਪਣੇ ਮੋਟਾਪੇ ਤੋਂ ਬਹੁਤ ਤੰਗ ਸੀਗੀ, 110 ਕਿਲੋ ਮੇਰਾ ਵਜ਼ਨ ਸੀ। ਮੈਂ ਇਸ ਤਰ੍ਹਾਂ ਕਰਕੇ ਡਾਕਟਰ ਅਹਿਮਦ ਸੂਤ ਨਾਲ ਮਿਲੇ ਅਸੀਂ। ਉਸ ਤੋਂ ਬਾਅਦ ਸਾਨੂੰ ਗੱਲਬਾਤ ਹੋਈ ਅਤੇ ਬਹੁਤ ਵਧੀਆ ਲੱਗੇ, ਬਹੁਤ ਨਿੱਘੇ ਸੁਭਾਅ ਦੇ ਸਨ। ਅਸੀਂ ਆਣ ਕੇ ਆਪਰੇਟ ਕਰਾਇਆ, ਬਹੁਤ ਵਧੀਆ ਸਾਡਾ ਆਪਰੇਟ ਹੋਇਆ। ਕੋਈ ਮੈਨੂੰ ਖਾਣ ਪੀਣ ਦੇ ਵਿੱਚ ਕੋਈ ਦਿੱਕਤ ਨਹੀਂ ਆਉਂਦੀ ਹੁਣ। ਹਰ ਇੱਕ ਖਾਣਾ ਖਾ ਸਕਦੀ ਹਾਂ, ਹਰ ਇੱਕ ਕੰਮ ਕਰ ਸਕਦੀ ਹਾਂ। ਕੋਈ ਕੰਮ ਕਰਨ ਦੇ ਵਿੱਚ ਮੈਨੂੰ ਕੋਈ ਦਿੱਕਤ ਨਹੀਂ ਆਉਂਦੀ। ਹਾਂਜੀ, ਹੋਰ ਵੀ ਜੇ ਕਿਸੇ ਦੋਸਤਾਂ ਨੇ ਕਰਾਉਣਾ ਹੋਵੇ ਤਾਂ ਬਹੁਤ ਵਧੀਆ ਡਾਕਟਰ ਹੈਗੇ ਆ, ਕਰਵਾ ਸਕਦੇ ਹਾਂ ਆਪਾਂ। ਮੇਰੀ ਤਾਂ ਜ਼ਿੰਦਗੀ ਬਚੀ ਬਚੀ, ਹੋਰ ਵੀ ਭੈਣ ਭਰਾਵਾਂ ਦੀ ਜ਼ਿੰਦਗੀ ਬਚ ਸਕਦੀ ਆ। ਦੋਸਤੋ, ਇੱਕ ਵਾਰੀ ਤੁਸੀਂ ਡਾਕਟਰ ਅਮਿਤ ਸੂਤ ਨੂੰ ਜ਼ਰੂਰ ਮਿਲੋ, ਗੱਲਬਾਤ ਸੁਣੋ, ਬਹੁਤ ਵਧੀਆ ਅਪਰੇਟ ਕਰਨਗੇ। ਹਾਂਜੀ ਦੋਸਤੋ, ਮੇਰੇ ਨਾਲ ਇੱਕ ਮਚਾਕੀ ਤੋਂ ਸੀਗਾ ਬੇਟਾ, ਉਸਦਾ ਵੀ ਵੇਟ ਬਹੁਤ ਜ਼ਿਆਦਾ ਸੀਗਾ। ਅਸੀਂ ਉਹਨਾਂ ਨੂੰ ਦੱਸਿਆ, ਉਹਨਾਂ ਨੇ ਵੀ ਇੱਥੋਂ ਸਰਜਰੀ ਮੋਗਾ ਤੋਂ ਕਰਵਾਈ, ਬਹੁਤ ਵਧੀਆ ਉਹ ਰਹੇ, ਬਹੁਤ ਵਧੀਆ ਹੁਣ ਠੀਕ ਠਾਕ ਆਪਦਾ ਕੰਮ ਕਰ ਰਹੇ ਆ। ਇੱਕ ਬਠਿੰਡਾ ਤੋਂ ਭੈਣ ਨੇ ਕਰਵਾਇਆ, ਉਹ ਵੀ ਵਧੀਆ ਠੀਕ ਹੈ। ਇੱਕ ਮੁਕਤਸਰ ਤੋਂ ਕਰਵਾ ਕੇ ਲੈ ਕੇ ਗਏ, ਉਹ ਵੀ ਬਹੁਤ ਠੀਕ ਆ, ਸਾਰੇ ਵਧੀਆ ਹੈ। ਮੈਂ ਡਾਕਟਰ ਸਾਹਿਬ ਨੂੰ ਵਧਾਈ ਦੇ ਸਕਦੀ ਹਾਂ, ਇੱਥੇ ਮਤਲਬ ਮੋਗਾ ਦੇ ਵਿੱਚ ਸੈਂਟਰ ਖੁੱਲ੍ਹ ਰਿਹਾ, ਉੱਥੇ ਆਣ ਕੇ ਮਿਲੋ ਡਾਕਟਰ ਸਾਹਿਬ ਨੂੰ। ਥੈਂਕ ਯੂ ਸਰ।